ਜਿਹੜੇ ਆਪਣੇ ਲੋਕ ਧਾਰਾ ਦੇ ਜਿੰਨੇ ਵੀ ਲੋਕ ਗੀਤ ਆਪਾਂ ਦੇਖਦੇ ਹਾਂ ਜਿਹਦੇ ਅੰਦਰ ਕੁੜੀਆਂ ਦੇ ਮਤਲਬ ਕਢਾਈ ਸਿਲਾਈ ਦਾ ਜ਼ਿਕਰ ਹੈ, ਮਾਵਾਂ ਅਤੇ ਧੀਆਂ ਦਾ ਕਢਾਈ ਸਿਲਾਈ ਦਾ ਜ਼ਿਕਰ ਹੈ, ਦਾਜ ਬਣਾਉਣ ਦਾ ਜਿਹੜਾ ਜ਼ਿਕਰ ਹੈ, ਮਤਲਬ ਉਹ ਕਢਾਈ ਸਿਲਾਈ ਅਤੇ ਇਸ ਦੇ ਵਿੱਚ ਕਿੰਨਾ ਕੁ ਫਰਕ ਹੈ? ਕਿਉਂਕਿ ਉੱਥੋਂ ਤਾਂ ਐਂ ਲੱਗਦਾ ਕਿ ਸਾਡੇ ਵੀ ਸ਼ੁਰੂ ਤੋਂ ਸੀ ਕਢਾਈ ਸਿਲਾਈ। ਨਹੀਂ, ਉਹ ਮੈਂ ਇਹ ਨਹੀਂ ਕਿਹਾ ਕਿ ਸਾਰੀ ਕਢਾਈ ਵੈਸਟ ਤੋਂ ਆਈ ਹੈ, ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਜਿਹੜੀ ਇੱਕ ਤਰ੍ਹਾਂ ਦੀ ਕਢਾਈ ਜਿਹੜੀ ਯੂਰੋਪੀਅਨ ਸਟਾਈਲ ਕਹਿ ਲਓ ਕਢਾਈ ਸੀ, ਪਰ ਜਿਵੇਂ ਆਪਣੇ ਜਿਵੇਂ ਫੁਲਕਾਰੀ ਹੈ, ਜਿਵੇਂ ਇੰਡੀਜਨਸ ਐਮਬਰੋਇਡਰੀ ਕਹਿ ਲਓ, ਉਹ ਤਾਂ ਇੱਥੇ ਸੀਗੀ ਸੀਗੀ, ਉਹਦੇ 'ਤੇ ਪ੍ਰਭਾਵ ਨਹੀਂ ਹੋਇਆ ਕੁਛ, ਟੂ ਸਮ ਐਕਸਟੈਂਟ ਕਹਿ ਲਓ ਕਿ ਡਿਜ਼ਾਇਨਸ ਜਿਵੇਂ ਫੁਲਕਾਰੀਆਂ ਦੇ ਵਿੱਚ ਡਿਜ਼ਾਇਨਸ ਆਏ ਹੈ, ਜਿਵੇਂ ਉਹਨਾਂ ਨੇ ਬੀਬੀਆਂ ਨੇ ਦੇਖਿਆ ਕਿ ਜਦੋਂ ਟ੍ਰੇਨ ਆਈ ਹੈ ਤਾਂ ਉਹਨਾਂ ਨੇ ਟ੍ਰੇਨ, ਕਿਉਂਕਿ ਉਹ ਤਾਂ ਵੈਸਟ ਤੋਂ ਹੀ ਆਈ ਹੈ, ਫਿਰ ਉਹ ਕਢਾਈ ਕਰਨੀ ਸ਼ੁਰੂ ਹੋਈ, ਉੱਥੇ ਤਾਂ ਹੀ ਇਨਫਲੂਐਂਸ ਹੋਇਆ। ਪਰ ਮੇਰਾ ਇਹ ਕਹਿਣ ਦਾ ਮਤਲਬ ਬਿਲਕੁਲ ਨਹੀਂ ਹੈ ਕਿ ਸਾਰੀ ਕਢਾਈ ਉੱਥੋਂ ਆਈ ਹੈ। ਜਿਹੜੀ ਇਹ ਸਿਲਾਈਆਂ ਨਾਲ ਬੁਣਤੀ ਵਾਲਾ ਕਨਸੈਪਟ ਹੈ, ਇਹ ਤਾਂ ਟੋਟਲੀ ਵੈਸਟਰਨ ਹੈ। ਬਿਲਕੁਲ ਜੀ, ਇਹ ਜਿਹੜੀ ਨਿਟਿੰਗ ਕਹਿ ਲਓ, ਉਹਨਾਂ ਸਵੈਟਰ ਬੁਣਨਾ, ਇਹ ਸਾਰਾ ਕੁਝ ਜਿਹੜੀ ਬੁਣਤੀ ਹੈ ਕਿ ਸਿਲਾਈਆਂ ਨਾਲ, ਇਹ ਸਾਡੀ ਇੱਥੇ ਨਹੀਂ ਸੀ ਪਹਿਲਾਂ। ਨਹੀਂ, ਇਹ ਇੱਥੇ ਨਹੀਂ ਸੀਗੀ, ਇਹ ਆਈ ਹੈ, ਇਟਸ ਟੋਟਲ ਵੈਸਟ ਤੋਂ ਆਈ ਹੈ। ਬਲਕਿ ਜਿਹੜੇ ਮੈਂ ਬਹੁਤ ਲੋਕਾਂ ਨੂੰ ਇੰਟਰਵਿਊ ਵੀ ਕੀਤਾ ਤਾਂ ਉਹ ਵੀ ਲੋਕ ਇਹੀ ਕਹਿੰਦੇ ਸੀਗੇ ਕਿ ਸਵੈਟਰ ਪਾਉਣ ਦਾ ਤਾਂ ਰਿਵਾਜ਼ ਹੀ ਹੈ ਨਹੀਂ ਸੀਗੇ, ਇਹ ਤਾਂ ਇੰਡੀਪੈਂਡੈਂਸ ਤੋਂ ਬਹੁਤ ਬਾਅਦ ਵੀ ਮਤਲਬ ਔਨ ਮਾਸ ਸਕੇਲ ਹੋਇਆ ਆ, ਪਹਿਲਾਂ ਕੋਈ ਕੋਈ ਲੋਕ ਪਾਉਂਦੇ ਸੀਗੇ, ਮੈਂ ਇਹ ਨਹੀਂ ਕਹਿੰਦੀ। ਪਰ ਜਿਵੇਂ ਸੌਕਸ ਦਾ ਬੁਣਨਾ, ਸੌਕਸ ਦਾ ਪਹਿਨਣਾ ਬਾਹਰੋਂ ਆਇਆ ਆ, ਅਤੇ ਇਹ 6th ਕਲਾਸ ਵਿੱਚ ਜਦੋਂ ਸਕੂਲਸ ਖੁੱਲ੍ਹੇ ਤਾਂ 6ਵੀਂ ਕਲਾਸ ਦੇ ਵਿੱਚ ਜਿਹੜੀਆਂ ਕੁੜੀਆਂ ਸੀਗੀਆਂ, ਗਰਲਸ ਸੀਗੀਆਂ, ਉਹਨਾਂ ਨੂੰ ਇਹ ਕਢਾਈਆਂ ਸਿਖਾਈਆਂ ਗਈਆਂ, ਜਿਹੜੀਆਂ ਵੈਸਟਰਨ ਟਾਈਪ ਕਢਾਈਆਂ ਸਿਖਾਈਆਂ ਗਈਆਂ ਔਰ ਨਿਟਿੰਗ ਸਿਖਾਈ ਗਈ, ਔਰ ਪਹਿਲਾ ਗਾਰਮੈਂਟ ਜਿਹੜਾ ਬਣਾਉਣਾ ਸਿਖਾਇਆ ਗਿਆ ਉਹ ਜੁਰਾਬਾਂ ਸੀਗੀਆਂ। ਬਲਕਿ ਕਈ ਰਾਈਟਰਸ ਇਹਨੂੰ ਮੈਨਸ਼ਨ ਕਰਦੇ ਆ ਕਿ ਨਿਟਿੰਗ ਨੂੰ ਵਾਜ ਨੋਨ ਐਜ਼ ਜੁਰਾਬ ਬੁਣਨਾ, ਉਹ ਇਟ ਆਲਮੋਸਟ ਬਿਕੇਮ ਸਿਨੋਨਿਮਸ ਕਹਿ ਲਓ, ਕਿ ਜੁਰਾਬ ਬੁਣਨਾ ਜਾਂ ਨਿਟਿੰਗ ਨੂੰ ਨਾ ਇੰਟਰਚੇਂਜਬਲੀ ਯੂਜ਼ ਕਰਦੇ ਸੀਗੇ। ਇਨਫੈਕਟ ਇਟਸ ਇੰਟਰਸਟਿੰਗ, ਇੱਕ ਰਾਈਟਰ ਕਹਿੰਦੇ ਹੈ ਕਿ ਇੱਕ ਜਿਹੜੇ ਲੋਕ ਬੱਚਿਆਂ ਨੂੰ ਕਿਹਾ ਗਿਆ ਇੱਕ ਗਾਰਮੈਂਟ ਬਣਾਉਣ ਲਈ, ਸਕੂਲ ਦਾ ਪ੍ਰੋਜੈਕਟ ਸੀਗਾ, ਸੋ ਕਈਆਂ ਨੇ ਜੁਰਾਬਾਂ ਬਣਾਈਆਂ ਬਿਕੋਜ਼ ਉਹਨਾਂ ਨੂੰ ਸਿਖਾਇਆ ਗਿਆ ਸੀ। ਸੋ ਉਹਨਾਂ ਦੇ ਰਾਈਟਰ ਨੇ ਇੱਕ ਕਮੈਂਟ ਕੀਤਾ ਆ ਕਿ ਮੈਨੂੰ ਇਹ ਨਹੀਂ ਸਮਝ ਆਇਆ ਕਿ ਇਹ ਜੁਰਾਬਾਂ ਕਿਉਂ ਬਣਾ ਰਹੇ ਆ, ਕਿਉਂਕਿ ਇਹ ਪਾਉਂਦੇ ਤਾਂ ਹੈ ਨਹੀਂ। ਸੋ ਇਹ ਨਿਟਿੰਗ ਇਜ਼ ਟੋਟਲ ਵੈਸਟਰਨ ਕੋਨਸੈਪਟ, ਇਹ ਬਾਹਰੋਂ ਆਇਆ ਆ ਔਰ ਬਾਅਦ ਵਿੱਚ ਹੌਲੀ ਹੌਲੀ, ਜਿਵੇਂ ਮੈਂ ਪਹਿਲਾਂ ਵੀ ਮੈਨਸ਼ਨ ਕੀਤਾ ਹੈ, ਬੇਦਨ ਪਾਵਲ ਨੇ ਲਿਖਿਆ ਆ ਕਿ ਕੋਈ ਇੱਥੇ ਸਵੈਟਰਸ ਵਗੈਰਾ ਵੂਲਨ ਕੱਪੜੇ ਨਹੀਂ ਸੀ ਪਾਉਂਦੇ ਔਰ ਲੇਅਰਸ ਆਫ ਕੋਟਨਸ ਪਾਏ ਜਾਂਦੇ ਸੀਗੇ, ਐਂਡ ਇਨਫੈਕਟ ਇਨ ਇੰਗਲੈਂਡ ਵਿੱਚ ਵੀ ਇਹ ਕੋਨਸੈਪਟ ਨਹੀਂ ਸੀਗਾ, ਪਹਿਲਾਂ ਇਹ ਕਹਿੰਦੇ ਸਪੇਨ 'ਚੋਂ ਆਇਆ, ਸਪੇਨ ਇਟਲੀ 'ਚੋਂ ਇੰਗਲੈਂਡ ਆਇਆ, ਐਂਡ ਉੱਥੇ ਜਿਹੜੇ ਪ੍ਰਿੰਸ ਆਫ ਵੇਲ ਸੀਗੇ 1920s, ਉਹ ਜਦੋਂ ਸਕੋਟਲੈਂਡ ਗਏ ਤਾਂ ਉੱਥੇ ਦੇ ਲੋਕਾਂ ਨੇ ਕਿਹਾ ਕਿ ਇੱਥੇ 1920s ਵਿੱਚ ਇੱਥੇ ਇਹਨਾਂ ਦੀ ਹਾਲਤ ਇਕਨੋਮਿਕਲੀ ਬਹੁਤ ਖਰਾਬ ਹੈ ਔਰ ਲੋਕਾਂ ਨੂੰ ਇਹ ਚਾਹੀਦਾ ਕੋਈ ਕੋਈ ਇੰਡਸਟਰੀ ਤਾਂ ਕਿ ਉਹ ਇੰਪਰੂਵ ਕਰ ਸਕਣ। ਸੋ ਇਸ ਕਰਕੇ ਉਹ ਪ੍ਰਿੰਸ ਆਫ ਵੇਲਸ ਨੇ ਆ ਕੇ ਇੱਕ ਫੇਅਰ ਆਇਲ ਸਵੈਟਰ ਪਾਇਆ, ਜਦੋਂ ਇੱਕ ਗੋਲਫ ਹੁੰਦੀ ਹੈ ਬ੍ਰਿਟਿਸ਼ ਓਪਨ ਇਨ 1922, ਉਹਨੇ ਇੱਕ ਉਹ ਫੇਅਰ ਆਇਲ ਸਵੈਟਰ ਪਾਇਆ, ਫਿਰ ਉਸ ਤੋਂ ਉਹ ਫੇਅਰ ਆਇਲ ਪੈਟਰਨ ਬੜਾ ਪਾਪੂਲਰ ਹੋ ਗਿਆ, ਫਿਰ ਸਾਰਿਆਂ ਨੇ ਉਹ ਸ਼ਨੈਲ ਨੇ ਵੀ ਕਾਪੀ ਕੀਤਾ, ਉਹ ਕਾਪੀ ਨਹੀਂ ਉਹਨੇ ਪਾਪੂਲਰਾਈਜ਼ ਕੀਤਾ,
ਇਹਨਾਂ ਨੇ ਵੀ ਕੀਤਾ ਔਰ ਨਿਟਿੰਗ ਫਿਰ ਬਿਕੇਮ ਮੋਰ ਐਂਡ ਮੋਰ ਇਹ ਪੈਟਰਨ ਬੜਾ ਪਾਪੂਲਰ ਹੋਇਆ। ਹੁਣ ਆਪਣੇ ਜਿਹੜੇ ਜਰਾਬਾਂ ਆ ਬੁਣਦੀਆਂ ਇਨ ਹਿਮਾਚਲ, ਉਹਦੇ ਵਿੱਚ ਵੀ ਉਹ ਫੇਰਾਇਲ ਪੈਟਰਨ ਮੰਨਿਆ ਜਾਂਦਾ ਹੈ। ਇਫ ਇਹ ਮਿਸ਼ਨਰੀਜ਼ ਨੇ ਵੀ ਇਹ ਨਿਟਿੰਗ ਸਿਖਾਈ ਲੋਕਾਂ ਨੂੰ ਸਕੂਲਸ ਵਿੱਚ।